ਜਨਤਾ ਪਾਰਟੀ ਜਿੰਦਾਬਾਦ, ਭਾਰਤੀ ਜਨਤਾ ਪਾਰਟੀ ਜਿੰਦਾਬਾਦ, ਅਕਾਲੀ ਬੀਜੇਪੀ ਬੱਲੇ ਬੱਲੇ, ਬਾਕੀ ਸਾਰੇ ਥੱਲੇ ਥੱਲੇ, ਅਕਾਲੀ ਬੀਜੇਪੀ ਬੱਲੇ ਬੱਲੇ, ਬਾਕੀ ਸਾਰੇ ਥੱਲੇ ਥੱਲੇ, ਸੁਮਨਵਰ ਮੋਰ ਕਿੱਥੇ ਲਾਣੀ ਹੈ, ਫੁੱਲ ਉੱਤੇ ਲਾਣੀ ਹੈ, ਮੋਰ ਕਿੱਥੇ ਲਾਣੀ ਹੈ, ਫੁੱਲ ਉੱਤੇ ਲਾਣੀ ਹੈ, ਫੁੱਲ ਵਾਲੇ ਦੀ ਬੱਲੇ ਬੱਲੇ, ਬਾਕੀ ਸਾਰੇ ਥੱਲੇ ਥੱਲੇ, ਫੁੱਲ ਵਾਲੇ ਦੀ ਬੱਲੇ ਬੱਲੇ, ਬਾਕੀ ਸਾਰੇ ਥੱਲੇ ਥੱਲੇ, ਜਨਤਾ ਪਾਰਟੀ ਸੁਮਨ ਵਰਮਾ ਜਿੰਦਾਬਾਦ, ਪੰਮੀ ਸੁਮਨ ਵਰਮਾ ਜਿੰਦਾਬਾਦ, ਵਾਰਡ ਨੰਬਰ 83 ਪੰਮੀ ਵਰਮਾ ਜੀ। ਮੈਡਮ ਤੁਹਾਡੇ ਕੀ ਮੁੱਦੇ, ਤੁਸੀਂ ਇਸ ਵਾਰਡ ਤੋਂ ਖੜੇ ਹੋ? ਸਾਡਾ ਮੁੱਦਾ ਇਹ ਹੈ ਜੀ, ਅਸੀਂ ਸਾਰੀਆਂ ਪਹਿਲੇ ਤਾਂ ਸੜਕਾਂ ਵਗੈਰਾ ਬਣਾਵਾਂਗੇ, ਲਾਈਟਾਂ ਦੀ ਪ੍ਰੋਬਲਮ ਹੈ ਉਹ ਠੀਕ ਕਰਾਂਗੇ। ਹੋਰ ਕਿਹੜਾ ਮੇਨ ਮੁੱਦਾ ਇਸ ਇਲਾਕੇ ਦਾ? ਇਲਾਕੇ ਦਾ ਜੀ, ਅਸੀਂ ਜੋ ਵੀ ਕੋਈ ਪਾਣੀ ਵਗੈਰਾ ਦੀ ਪ੍ਰੋਬਲਮ ਹੋਏਗੀ, ਇੱਕ ਅਸੀਂ ਸਾਰਾ ਕਾਰਪੋਰੇਸ਼ਨ ਦੇ ਜਿਹੜੇ ਕੰਮ ਹੋਣਗੇ ਜੀ, ਉਹ ਅਸੀਂ ਇੱਕ ਆਫਿਸ ਖੋਲਿਆ ਉਹਦੇ ਵਿੱਚ ਸਾਰੇ ਕੰਮ ਹੋਇਆ ਕਰਨਗੇ। ਜਿਹੜਾ ਵੀ ਕਿਸੇ ਨੇ ਕੰਮ ਕਰਵਾਉਣਾ ਹੈਗਾ ਆਪਣਾ ਹਫ਼ਤਾ ਪਹਿਲਾਂ ਦੇ ਦਿਆ ਕਰਨਗੇ, ਉਸ ਤੋਂ ਬਾਅਦ ਸਾਰੀ ਪਰਚੀ ਲੈ ਲਿਆ ਕਰਨਗੇ, ਸਾਰੇ ਕੰਮ ਕਰਵਾ ਦਿਓ। ਮੈਡਮ ਤੁਸੀਂ ਅਪੀਲ ਕੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਕਿ ਵੋਟ ਤੁਹਾਨੂੰ ਕਿਉਂ ਪਾਉਣ? ਕਿਉਂਕਿ ਅਸੀਂ ਕਿਸੇ ਨੇ ਅੱਜ ਤੱਕ ਵੀ ਕੋਈ ਗਲਤ ਕੰਮ ਨਹੀਂ ਕੀਤਾ, ਕੋਈ ਚੀਟਿੰਗ ਨਹੀਂ ਕੀਤੀ ਜੀ, ਅਸੀਂ ਸਾਫ਼ ਸੁਥਰੇ, ਇਹ ਸਾਡੇ ਲਈ ਸਾਰੇ ਵਾਰਡ ਨੂੰ ਪਤਾ ਹੈ ਜੀ, ਅਸੀਂ ਨਾ ਹੀ ਕਿਸੇ ਨਾ ਕੋਈ ਧੋਖਾ ਧੜੀ ਕੀਤੀ ਹੈ, ਨਾ ਅਸੀਂ ਮਾਫ਼ੀ ਹੈ ਜੀ, ਕੋਈ ਐਸਾ ਕੰਮ ਕੋਈ ਨਹੀਂ ਕੀਤਾ। ਮੈਡਮ ਇੱਕ ਅਪੀਲ ਕਰ ਦਿਓ ਸਾਡੇ ਚੈਨਲ ਦੇ ਰਾਹੀਂ ਸਾਰੇ ਦਰਸ਼ਕਾਂ ਨੂੰ ਕਿ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਦਿਓ। ਹਾਂਜੀ, ਸਾਡੇ ਪਾਪਾ ਜੀ ਸੀ ਜਿਹੜੇ ਜੀ ਬਹੁਤ ਦੇਰ ਦੇ ਲੱਗੇ ਹੋਏ ਸੀਗੇ, 60 ਸਾਲ ਦੇ ਲੱਗੇ ਹੋਏ ਹੈ ਜੀ, ਉਹਨਾਂ ਦੇ ਥਰੂ ਹੀ ਅਸੀਂ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਸਾਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ, ਜਿਤਾਇਆ ਜਾਣ, ਕਿਉਂਕਿ ਉਹ 60 ਸਾਲ 'ਤੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ ਹੈ, ਹੁਣ 8-9 ਸਾਲ 'ਤੇ ਉਹਨਾਂ ਦੀ ਡੈਥ ਹੋਈ ਹੈ ਜੀ, ਅਸੀਂ ਉਹਨਾਂ ਦੇ ਕਦਮਾਂ 'ਤੇ ਚੱਲਦੇ ਹੋਏ ਸਭ ਦੇ ਮੂਹਰੇ ਅਪੀਲ ਕਰਦੀ ਹਾਂ ਕਿ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਆਂ ਜੀ। ਮੈਂ ਬੀਜੇਪੀ ਮਹਿਲਾ ਮੋਰਚਾ ਵੱਲੋਂ ਸਾਰੀ ਸੰਗਤਾਂ ਨੂੰ, ਸਾਰੇ ਮਹੱਲੇ ਨੂੰ ਇਹ ਐਡਵਾਈਸ ਕਰਦੀ ਹਾਂ ਕਿ ਵੀ ਵੱਧ ਤੋਂ ਵੱਧ ਚੜ੍ਹ ਕੇ ਕਮਲ ਦੇ ਫੁੱਲ ਨੂੰ ਵੋਟ ਪਾਈਓ, ਉਹ ਤੁਹਾਡੇ ਜਿੰਨੇ ਵੀ ਕੰਮ ਹੋਣਗੇ ਉਹ ਸਵਾਰਨਗੇ ਔਰ ਆਪਣੀ ਇੱਛਾ ਕਰ ਰੱਖਣਗੇ। ਅਸੀਂ ਇਹ ਅਪੀਲ ਕਰਦੇ ਹਾਂ ਕਿ ਬੀਜੇਪੀ ਦੇ ਕੈਂਡੀਡੇਟ ਪੰਮੀ ਸੁਮਨ ਵਰਮਾ ਜੀ ਨੂੰ ਵੱਧ ਤੋਂ ਵੱਧ ਪੂਰੇ ਪਰਿਵਾਰ ਸਮੇਤ ਜਿਤਾਓ ਇਹਨਾਂ ਨੂੰ, ਔਰ ਇਹਨਾਂ ਨੂੰ ਇੱਕ ਵਾਰੀ ਮੌਕਾ ਜ਼ਰੂਰ ਦਿਓ, ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਵੋਟੋ ਪਾ ਕੇ, ਪੂਰੇ ਮਹੱਲੇ ਵਾਲੇ ਇਹਨਾਂ ਦੇ ਨਾਲ ਸਾਥ ਹੈਗੇ ਨੇ, ਇਹਨਾਂ ਦੀ ਬੜੀ ਸਪੋਰਟ ਹੈਗੀ ਹੈ, ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਤੋਂ ਜਿਤਾ ਕੇ ਇਹਨਾਂ ਨੂੰ ਕਾਮਯਾਬ ਬਣਾਓ। ਇਹ ਇਹਨਾਂ ਦਾ ਕਮਲ ਨਿਸ਼ਾਨ ਹੈ, ਕਮਲ ਦੇ ਫੁੱਲ 'ਤੇ ਮੋਹਰਾ ਲਗਾ ਕੇ 83 ਵਾਰਡ 'ਚ ਖੜੇ ਹੋਏ ਨੇ, ਇਹਨਾਂ ਜ਼ਰੂਰ ਤੋਂ ਜ਼ਰੂਰ ਕਾਮਯਾਬ ਬਣਾਓ। ਭਾਰਤੀ ਜਨਤਾ ਪਾਰਟੀ ਇਨਕੋ ਜੋ ਬੀਜੇਪੀ ਕੇ ਕੈਂਡੀਡੇਟ ਹੈ, ਇਨਕੋ ਆਪ ਇੱਕ ਵਾਰੀ ਮੌਕਾ ਦੀਜੀਏ, ਜੋ ਆਪਕੇ ਅਧੂਰੇ ਕਾਮ ਹੈ ਵੋ ਯੇ ਪੂਰੇ ਕਰੇਂਗੀ, ਹਮੇ ਪੂਰੀ ਉਮੀਦ ਹੈ ਕਿ ਇਹ ਜੀਤ ਕਰ ਹਮਾਰੇ ਸਾਰੇ ਜੋ ਪ੍ਰੋਬਲਮਸ ਹੈ ਉਨਕੋ ਸੋਲਵ ਕਰੇਂਗੇ। ਭਾਰਤੀ ਜਨਤਾ ਪਾਰਟੀ ਜਿੰਦਾਬਾਦ।